ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਪੂਰੇ ਦੇਸ਼ ਭਰ ਵਿੱਚ ਲਾਗੂ ਹੋਏ ਨਵੇਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਵਿੱਚ ਧਰਨੇ ਪ੍ਰਦਰਸ਼ਨ ਦਾ ਦੌਰ ਜਾਰੀ ਹੈ, ਉੱਥੇ ਹੀ ਅਜਿਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਸ ਐਕਟ ਬਾਰੇ ਪਤਾ ਹੀ ਨਹੀਂ ਹੈ। ਤੇ ਦੇਸ਼ ਵਾਸੀਆਂ ਨੂੰ ਇਸ ਐਕਟ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਹੀ ਲੁਧਿਆਣਾ ਦੇ ਸਮੂਹ ਵਕੀਲ ਭਾਈਚਾਰੇ ਵੱਲੋਂ ਇਕੱਠ ਕਰਕੇ ਇਸ ਐਕਟ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਲੁਧਿਆਣਾ ਦੇ ਸੀਨੀਅਰ ਐਡਵੋਕੇਟ ਹਰਸ਼ ਸ਼ਰਮਾ ਨੇ ਦੱਸਿਆ ਕਿ ਸਾਰੇ ਹੀ ਐਡਵੋਕੇਟ ਵੱਲੋਂ ਇਸ ਐਕਟ ਨੂੰ ਚੰਗੀ ਤਰ੍ਹਾਂ ਵਾਚਿਆ ਗਿਆ ਤੇ ਆਪਸ ਵਿੱਚ ਹੀ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਐਕਟ ਵਿੱਚ ਸਿਰਫ ਗੁਆਂਢੀ ਮੁਲਕਾਂ 'ਚ ਰਹਿਣ ਵਾਲੇ ਹਿੰਦੂ, ਸਿੱਖ, ਬੋਧੀ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ 2014 ਤੋਂ ਬਾਅਦ ਨਾਗਰਿਕਤਾ ਲੈਣ ਲਈ 11 ਸਾਲ ਭਾਰਤ ਵਿੱਚ ਰਹਿਣ ਦੀ ਮਿਆਦ ਰੱਖੀ ਗਈ ਸੀ ਤੇ ਉਸ ਨੂੰ ਘਟਾ ਕੇ ਨਵੇਂ ਐਕਟ ਦੇ ਤਹਿਤ 6 ਸਾਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਐਕਟ ਦੇ ਨਾਲ ਭਾਰਤ 'ਚ ਰਹਿ ਰਹੇ ਕਿਸੇ ਵੀ ਨਾਗਰਿਕ ਦੀ ਨਾਗਰਿਕਤਾ ਨੂੰ ਕੋਈ ਵੀ ਖਤਰਾ ਨਹੀਂ ਹੈ ਤੇ ਬਸ ਐਕਟ ਨੂੰ ਸਮਝਣ ਦੀ ਲੋੜ ਹੈ, ਜਦਕਿ ਬਿਨਾਂ ਵਜ੍ਹਾ ਹੀ ਇਸ ਐਕਟ ਨੂੰ ਲੈ ਕੇ ਦੇਸ਼ ਭਰ ਵਿੱਚ ਝੂਠੀਆਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਨੇ। ਮੈਂ ਲੁਧਿਆਣਾ ਕੇ ਸਭੀ ਐਡਵੋਕੇਟ ਹਮ ਸਾਥੀ ਇਕੱਠੇ ਹੋਏ ਹੈ। ਦੇਸ਼ ਮੇਂ ਜੋ ਇਸ ਸਮੇਂ ਸਭਸੇ ਬੜਾ ਮੁੱਦਾ ਚੱਲ ਰਿਹਾ ਹੈ, ਸਿਟੀਜ਼ਨ ਅਮੈਂਡਮੈਂਟ ਐਕਟ, ਉਸ ਪੇ ਵਿਸ਼ੇ ਪੇ ਚਰਚਾ ਕਰਨੇ ਕੇ ਲੀਏ ਇਕੱਠੇ ਹੋਏ ਹੈ। ਜਿਸ ਤਰ੍ਹਾਂ ਇਸ ਵਿਸ਼ੇ ਕੋ ਲੇਕਰ ਕਈ ਤਰ੍ਹਾਂ ਕੀ ਅਫਵਾਹਾਂ, ਭ੍ਰਾਂਤੀਆਂ ਸਮਾਜ ਮੇਂ ਫੈਲਾਈ ਜਾ ਰਹੀ ਹੈ, ਆਜ ਹਮ ਸਾਰਾ ਵਕੀਲ ਭਾਈਚਾਰਾ ਇਕੱਠੇ ਹੋਏ ਹੈ ਔਰ ਇਸ ਕਾਨੂੰਨ ਕਾ ਜੋ ਕਾਨੂੰਨੀ ਪਕਸ਼ ਹੈ ਉਸ ਪਰ ਵਿਚਾਰ ਕਰ ਰਹੇ ਹੈ ਕਿ ਇਸ ਕਾਨੂੰਨ ਕੇ ਅੰਤਰਗਤ ਧਾਰਾ 6 ਮੇਂ ਜੋ ਅਮੈਂਡਮੈਂਟ ਕੀ ਗਈ ਹੈ, ਸੰਸ਼ੋਧਨ ਕੀਆ ਗਿਆ ਹੈ, ਉਸਕੇ ਤਹਿਤ ਸਿਰਫ ਇਹ ਕਹਾ ਗਿਆ ਹੈ ਕਿ ਇਸ ਦੇਸ਼ ਮੇਂ 2014 ਸੇ ਪਹਿਲੇ ਜੋ ਵੀ ਹਿੰਦੂ, ਸਿੱਖ, ਪਾਰਸੀ, ਜੈਨ ਔਰ ਬੌਧ ਲੋਕ ਆਏ ਹੈ ਉਨਕੇ ਲੀਏ ਨਾਗਰਿਕਤਾ ਕਾ ਆਵੇਦਨ ਕਰਨੇ ਕੇ ਲੀਏ ਪਹਿਲੇ ਉਨਕਾ ਭਾਰਤ ਮੇਂ 11 ਵਰਸ਼ ਤੱਕ ਰਹਿਣਾ ਜ਼ਰੂਰੀ ਹੋਤਾ ਥਾ, ਲੇਕਿਨ ਇਸ ਨਏ ਸੰਸ਼ੋਧਨ ਕੇ ਬਾਅਦ ਉਸ 11 ਵਰਸ਼ ਕੀ ਅਵਧੀ ਕੋ ਕਮ ਕਰਕੇ 6 ਵਰਸ਼ ਕਰ ਦਿਆ ਗਿਆ ਹੈ ਔਰ ਸਿਰਫ ਇਤਨਾ ਹੀ ਇਸਮੇ ਅਮੈਂਡਮੈਂਟ ਹੁਆ ਹੈ। ਲੇਕਿਨ ਹਮ ਦੇਖ ਰਹੇ ਹਾਂ ਕਿ ਦੇਸ਼ ਕੇ ਅਲੱਗ ਅਲੱਗ ਭਾਗੋਂ ਮੇਂ ਇਸ ਕੋ ਲੇਕਰ ਬਹੁਤ ਸਾਰੀ ਅਫਵਾਹੇਂ ਫੈਲਾਈ ਜਾ ਰਹੀ ਹੈ ਕਿ ਦੇਸ਼ ਮੇਂ ਮੁਸਲਮਾਨੋਂ ਕੋ ਬਾਹਰ ਭਗਾ ਦਿਆ ਜਾਏਗਾ, ਉਨਕੀ ਨਾਗਰਿਕਤਾ ਛੀਨ ਲਈ ਜਾਏਗੀ। ਸੋ ਹਮਨੇ ਇਸਕੀ ਜੋ ਨੋਟੀਫਿਕੇਸ਼ਨ ਹੈ ਉਸ ਪੇ ਵੀ ਚਰਚਾ ਕੀ ਹੈ ਔਰ ਐਕਟ ਪੇ ਚਰਚਾ ਕੀ ਹੈ। ਇਸ ਦੇਸ਼ ਮੇਂ ਰਹਿਣੇ ਵਾਲੇ ਕਿਸੀ ਵੀ ਨਾਗਰਿਕ ਕਾ ਇਸ ਅਮੈਂਡਮੈਂਟ ਸੇ ਕੋਈ ਲੈਣਾ ਦੇਣਾ ਨਹੀਂ ਹੈ। ਇਹ ਸਿਰਫ ਬਾਹਰ ਸੇ ਆਨੇ ਵਾਲੇ ਜੋ ਹਿੰਦੂ, ਸਿੱਖ, ਬੌਧ, ਜੈਨ ਔਰ ਪਾਰਸੀ ਹੈ ਉਨਕੀ ਜੋ ਸਮੇਂ ਅਵਧੀ ਹੈ 11 ਸਾਲ ਕੀ ਰਹਿਣੇ ਕੀ ਨਾਗਰਿਕਤਾ ਕੇ ਆਵੇਦਨ ਸੇ ਪਹਿਲੇ ਉਸਕੋ ਕਮ ਕਰਤਾ ਹੈ ਜੋ ਵੀ ਨਾਗਰਿਕ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਸੇ ਆਏ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।